ਮੋਰਨਿੰਗ ਸਲਾਈਡ ਪਿਆਰੇ ਬੱਚਿਓ ਅੱਜ ਮਿਤੀ 6 ਮਈ 2024 ਦਿਨ ਸੋਮਵਾਰ ਜਿਸ ਨੂੰ ਆਪਾਂ ਅੰਗਰੇਜ਼ੀ ਵਿੱਚ ਮੰਡੇ ਕਹਿੰਦੇ ਹਾਂ ਐਮ ਓ ਐਨ ਡੀ ਏ ਵਾਈ ਮੰਡੇ ਆਓ ਕਰਦੇ ਹਾਂ ਅੱਜ ਦਾ ਵਿਚਾਰ ਕਰ ਪਲਾ ਹੋ ਪਲਾ ਅੰਤ ਭਲੇ ਦਾ ਪਲਾ ਪਿਆਰੇ ਬੱਚਿਓ ਅੱਜ ਦੇ ਵਿਚਾਰ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜੇਕਰ ਅਸੀਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਪਰਮਾਤਮਾ ਖੁਦ ਸਾਡੀ ਭਲਾਈ ਬਾਰੇ ਸੋਚਦੇ ਹਨ ਸਾਡਾ ਭਲਾ ਖੁਦ ਪਰਮਾਤਮਾ ਕਰਦੇ ਹਨ ਸੋ ਬੱਚਿਓ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਦੀ ਹੈਲਪ ਕਰਨ ਤੋਂ ਗੁਰੇਜ਼ ਨਾ ਕਰਨਾ ਬੱਚਿਓ ਜਦੋਂ ਵੀ ਕੋਈ ਸਾਡੇ ਕੋਲ ਕਿਸੇ ਹੈਲਪ ਜਾਂ ਮਦਦ ਦੇ ਲਈ ਆਉਂਦਾ ਹੈ ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੰਨਾ ਸੰਭਵ ਹੋਵੇ ਸਾਨੂੰ ਅਗਲੇ ਦੀ ਲੋੜ ਅਗਲੇ ਦੀ ਮਦਦ ਕਰਨੀ ਚਾਹੀਦੀ ਹੈ ਬੱਚਿਓ ਅਸੀਂ ਸਾਰੇ ਇੱਕ ਪਰਮਾਤਮਾ ਦੀ ਦੇਨ ਹਾਂ ਪਰਮਾਤਮਾ ਦੇ ਲਈ ਅਸੀਂ ਸਾਰੇ ਪਰਮਾਤਮਾ ਦੇ ਬੱਚੇ ਹਾਂ ਅਗਰ ਅਸੀਂ ਮਨੁੱਖਤਾ ਦੇ ਨਾਤੇ ਇੱਕ ਦੂਜੇ ਦੀ ਮਦਦ ਕਰਾਂਗੇ ਤਾਂ ਪਰਮਾਤਮਾ ਸਾਡੇ ਤੋਂ ਖੁਸ਼ ਹੁੰਦੇ ਹਨ ਬੱਚਿਓ ਜਦੋਂ ਅਸੀਂ ਕਿਸੇ ਦੀ ਲੋੜ ਕਿਸੇ ਦੀ ਮਦਦ ਕਰਦੇ ਹਾਂ ਤਾਂ ਉਸ ਵਿਅਕਤੀ ਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਅਤੇ ਉਸ ਦੀ ਔਕੜਾਂ ਉਸ ਦੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ ਸੋ ਬੱਚਿਓ ਹਮੇਸ਼ਾ ਦੂਸਰਿਆਂ ਦੀ ਮਦਦ ਕਰਨਾ ਜੇਕਰ ਅਸੀਂ ਦੂਸਰਿਆਂ ਦੀ ਮਦਦ ਕਰਾਂਗੇ ਉਹਨਾਂ ਦੀਆਂ ਔਕੜਾਂ ਨੂੰ ਦੂਰ ਕਰਾਂਗੇ ਤਾਂ ਸਾਡੀਆਂ ਮੁਸ਼ਕਲਾਂ ਔਕੜਾਂ ਰੁਕਾਵਟਾਂ ਖੁਦ ਪ੍ਰਮਾਤਮਾ ਦੂਰ ਕਰ ਦੇਣਗੇ ਸੋ ਬੱਚਿਓ ਹਮੇਸ਼ਾ ਦੂਸਰਿਆਂ ਦੀ ਅਪਲਾਈ ਕਰਨਾ ਦੂਸਰਿਆਂ ਦੀ ਹੈਲਪ ਕਰਨਾ ਆਓ ਕਰਦੇ ਹਾਂ ਗਿਆਨ ਵਿਗਿਆਨ ਹਰਿਆਣਾ ਦੀ ਰਾਜਧਾਨੀ ਕਿਹੜੀ ਹੈ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਹੈ ਪੰਜਾਬ ਦਾ ਕੈਲੀਫੋਰਨੀਆ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਪਹਿਲੇ ਬੱਚਿਓ ਪੰਜਾਬ ਦਾ ਕੈਲੀਫੋਰਨੀਆ ਅਬੋਹਰ ਸ਼ਹਿਰ ਨੂੰ ਕਿਹਾ ਜਾਂਦਾ ਹੈ ਤਾਪਮਾਨ ਕਿਸ ਜਨਤਰ ਨਾਲ ਮਾਪਦੇ ਹਨ ਤਾਪਮਾਨ ਥਰਮਾਮੀਟਰ ਦੇ ਨਾਲ ਮਾਪਿਆ ਜਾਂਦਾ ਹੈ ਆਇਤ ਦੇ ਹਰੇ ਕੋਣ ਦਾ ਮਾਪ ਕਿੰਨਾ ਹੁੰਦਾ ਹੈ ਬੱਚਿਓ ਆਇਤ ਦੇ ਹਰੇ ਕੋਣ ਦਾ ਮਾਪ 90 ਡਿਗਰੀ ਹੁੰਦਾ ਹੈ ਨਿਊ ਪੰਜਾਬ ਦੇ ਕਦੋਂ ਮਨਾਇਆ ਜਾਂਦਾ ਹੈ ਬੱਚਿਓ ਨਿਊ ਪੰਜਾਬ ਦੇ 1 ਨਵੰਬਰ ਨੂੰ ਮਨਾਇਆ ਜਾਂਦਾ ਹੈ ਆਬੂ ਜੀ ਜਾਂ ਅੱਜ ਦੀ ਬੁਜਾਰਤ ਅੱਧਾ ਫਾਲਾ ਅੱਧਾ ਫੁੱਲ ਕਾਲਾ ਹਾਂ ਤੇ ਮਿੱਠਾ ਹਾਂ ਖਾ ਕੇ ਸਕਿਆ ਨਾ ਕੋਈ ਪੁੱਲ ਪਿਆਰੇ ਬੱਚਿਓ ਜੋ ਅੱਜ ਦੀ ਬਜਾਰਤ ਹੈ ਉਸ ਦਾ ਉੱਤਰ ਹੈ ਗੁਲਾਬ ਚਾਮਨ ਆਊ ਕਰਦੇ ਹਾਂ ਵਰਡਸ ਫਾਰ ਪ੍ਰੈਕਟਿਸ ਫਸਟ ਵਰਡ ਇਜ਼ ਐਡਰੈਸ A D D R E S ਐਡਰੈਸ ਐਡਰੈਸ ਬੱਚਿਓ ਹੁੰਦਾ ਆ ਪਤਾ ਟਿਕਾਣਾ ਅਤੇ ਇਸ ਨੂੰ ਸੰਬੋਧਨ ਕਰਨਾ ਵੀ ਕਹਿੰਦੇ ਹਾਂ ਨੈਕਸਟ ਵਰਡ ਇਜ਼ ਸਕਸੈਸ S U C C E S ਸਕਸੈਸ ਸਕਸੈਸ ਮੀਨਸ ਸਫਲਤਾ ਪੁਜੈਸ ਪੀਓ ਡਬਲ ਐਸ ਈ ਡਬਲ ਐਸ ਪੁਜੈਸ ਪੁਜੈਸ ਮੀਨ ਕਿਸੇ ਚੀਜ਼ ਦਾ ਸਾਡੇ ਕੋਲ ਹੋਣਾ ਜਾਂ ਕਬਜ਼ਾ ਹੋਣਾ ਸਟ੍ਰੈਸ ਐਸਟੀਆਰਈ ਡਬਲ ਐਸ ਸਟ੍ਰੈਸ ਸਟ੍ਰੈਸ ਮੀਨ ਚਿੰਤਾ ਜਾਂ ਟੈਨਸ਼ਨ ਲਾਸਟ ਵਰਡ ਇਜ਼ ਐਕਸਪ੍ਰੈਸ ਐਕਸਪ੍ਰੈਸ ਈ ਐਕਸ ਪੀਆਰਈ ਡਬਲ ਐਸ ਐਕਸਪ੍ਰੈਸ ਐਕਸਪ੍ਰੈਸ ਮੀਨ ਕਿਸੇ ਗੱਲ ਨੂੰ ਬਿਆਨ ਕਰਨਾ ਪਿਆਰੇ ਬੱਚਿਓ ਏਸੀ ਸਾਡੀ ਅੱਜ ਦੀ ਮਾਰਨਿੰਗ ਸਲਾਈਡ ਆਸ ਕਰਦਾ ਹਾਂ ਕਿ ਜੋ ਵੀ ਅੱਜ ਤੁਸੀਂ ਸੁਣਿਆ ਹੈ ਉਸ ਨੂੰ ਰਿਵਾਈਜ਼ ਕਰੋਗੇ ਅਤੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਦੇ ਰਹੋਗੇ ਥੈਂਕ ਯੂ ਬੇਟਾ ਜੀ